ਦਿਆਲ ਸਿੰਘ ਵਾਲਾ ਉਹ ਇੱਕ ਐਸਾ ਕਸਬਾ, ਕਸਬਾ ਛੋਟਾ ਲੇਕਿਨ ਬਹੁਤ ਹੀ ਫੁੱਲ ਜਿਹੜੀਆਂ ਵੱਡੀਆਂ ਵੱਡੀਆਂ ਐਨਰਜੀਆਂ ਜਿਹੜੀਆਂ ਹੈਗੀਆਂ ਇੱਥੇ ਲੱਗੀਆਂ ਨੇ ਔਰ ਬਹੁਤ ਵੱਡੇ ਪੋਲੀਟੀਕਲ ਲੋਕਾਂ ਨੂੰ ਇਸ ਜਗ੍ਹਾ ਨੇ ਜਨਮ ਦਿੱਤਾ ਅਤੇ ਅੱਜ ਅਸੀਂ ਇਸ ਇਲਾਕੇ ਦੇ ਵਿੱਚ ਸ਼ੋਅ ਕਰ ਰਹੇ ਹੈਗੇ ਹਾਂ। ਸਭ ਤੋਂ ਪਹਿਲਾਂ ਅਸੀਂ ਆਏ ਹਾਂ ਮਕਰਾਜ ਪੈਲਸ ਦੇ ਵਿੱਚ ਅਤੇ ਇੱਥੋਂ ਦੇ ਜਿਹੜੇ ਸੇਵਾ ਕਰਾ ਨਿਭਾ ਰਹੇ ਨੇ ਉਹਨਾਂ ਨਾਲ ਆਪਾਂ ਗੱਲ ਕਰ ਰਹੇ ਹਾਂ। ਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ, ਤੁਸੀਂ ਇੱਥੇ ਮਕਰਾਜ ਪੈਲਸ ਨਿਹਾਲ ਸਿੰਘ ਦੇ ਵਿੱਚ ਆਏ, ਮੈਂ ਤੁਹਾਨੂੰ ਸਾਰੀ ਟੀਮ ਨੂੰ ਜੀ ਆਇਆਂ ਨੂੰ ਆਖਦਾ, ਬਹੁਤ ਬਹੁਤ ਧੰਨਵਾਦ। ਵੀਰ ਜੀ ਜਦੋਂ ਬੰਦਾ ਨਿਹਾਲ ਸਿੰਘ ਵਾਲੇ ਵੜਨ ਲੱਗਦਾ ਤਾਂ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਇਹ ਗ੍ਰੀਨਰੀ ਨਾਲ ਭਰਿਆ ਔਰ ਬਹੁਤ ਹੀ ਵਧੀਆ ਅਸਟੈਬਲਿਸ਼ ਕੀਤਾ ਹੋਇਆ ਪੈਲਸ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਲੋਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਾਨੂੰ ਇੰਨਾ ਪਿਆਰ ਕਰਦੇ ਆ, ਕਿਉਂਕਿ ਜੀ ਜੋ ਕੰਮ ਰਹਿ ਗਿਆ ਅੱਜ ਕੱਲ੍ਹ ਪਿਆਰ ਦਾ ਜਾਂ ਚਿਹਰੇ ਦਾ ਰਹਿ ਗਿਆ, ਠੀਕ ਹੈ, ਤੁਹਾਡੀ ਡੀਲਿੰਗ ਦਾ ਰਹਿ ਗਿਆ। ਸਾਨੂੰ ਲੋਕ ਪਿਆਰ ਕਰਦੇ ਆ, ਸਤਿਕਾਰ ਦਿੰਦੇ ਆ, ਅਸੀਂ ਚੰਗੀ ਤਰ੍ਹਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਕੇ ਹੀ ਬਖਸ਼ ਨੂੰ ਭੁਗਤਾਉਂਦੇ ਹਾਂ। ਇਸ ਕਰਕੇ ਸਾਨੂੰ ਵੀ ਖੁਸ਼ੀ ਮਿਲਦੀ ਵੀ ਜੇ ਸਾਡੇ ਨੂੰ ਕੋਈ ਭੈਣ ਭਾਈ ਛੁੱਟਦਾ, ਅਸੀਂ ਆਪਦੀ ਪੂਰੀ ਜ਼ਿੰਮੇਵਾਰੀ ਨਾਲ ਉਹਨਾਂ ਦਾ ਫੰਕਸ਼ਨ ਭੁਗਤਾਉਂਦੇ ਹਾਂ। ਅਤੇ ਬਾਕੀ ਲੋਕਾਂ ਦਾ ਪਿਆਰ ਆ, ਅਸੀਂ ਹਰੇਕ ਬੰਦੇ ਦੇ ਵਿਊ ਲੈਂਦੇ ਹਾਂ, ਹਰੇਕ ਬੰਦੇ ਦਾ ਕਮੈਂਟ ਲੈਂਦੇ ਹਾਂ ਵੀ ਸਾਨੂੰ ਕੀ ਕਰਨਾ ਚਾਹੀਦਾ, ਅਸੀਂ ਉਹਦੇ ਮੁਤਾਬਕ ਲੋਕਾਂ ਮੁਤਾਬਕ ਅੱਗੇ ਚੱਲਦੇ। ਸਭ ਤੋਂ ਵੱਡੀ ਗੱਲ ਹੈ ਕਿ ਵੈਜ ਅਤੇ ਨੋਨ ਵੈਜ ਦਾ ਬੜਾ ਧਿਆਨ ਰੱਖਿਆ ਜਾਂਦਾ ਔਰ ਤੁਸੀਂ ਬਹੁਤ ਹੀ ਸੁੱਚ ਮਹੱਤਵ ਦਿਓ, ਕਿਉਂਕਿ ਤੁਸੀਂ ਖੁਦ ਜਿਹੜੇ ਹੈਗੇ ਆ ਉਹ ਇੱਕ ਵੈਜ ਬੰਦੇ ਹੋ ਔਰ ਤੁਸੀਂ ਜਿਹੜੇ ਲੋਕ ਵੈਜ ਵਾਲੇ ਨੇ ਉਹਨਾਂ ਨੂੰ ਉਸ ਚੀਜ਼ ਦਾ ਧਿਆਨ ਰੱਖ ਕੇ ਕਿ ਉਹਨਾਂ ਨੂੰ ਵੈਜ ਨੂੰ ਖਾਣਾ ਉਸ ਤਰੀਕੇ ਨਾਲ ਪਰੋਸਿਆ ਜਾਵੇ, ਉਹਨਾਂ ਨੂੰ ਉਸ ਤਰੀਕੇ ਨਾਲ ਅਟੈਚਮੈਂਟ ਹੋਵੇ, ਉਹਦੇ ਬਾਰੇ ਕਹਿੰਦੇ। ਦੇਖੋ ਜੀ ਉਹ ਤਾਂ ਟੂ ਡੇ ਡਿਪੈਂਡ ਕਰਦਾ ਵੀ ਕਿਹੜੇ ਕੀ ਵੈਜ ਲੈਣਾ ਜਾਂ ਨੋਨ ਵੈਜ ਲੈਣਾ, ਹੈ ਨਾ, ਅਤੇ ਉਹਦੇ ਮੁਤਾਬਕ ਚੱਲਣਾ ਪੈਂਦਾ। ਪਰ ਉਹਦੇ ਲਈ ਸੈਪਰੇਟ ਸੈਪਰੇਟ ਅਸੀਂ ਡਿਊਟੀਆਂ ਲਾ ਦੀ ਦੀਆਂ, ਜੋ ਸਰਵਿਸ ਕਰਦੇ ਬੰਦੇ ਉਹਨਾਂ ਨੇ ਵੀ ਡਿਊਟੀਆਂ ਲਾ ਦੀ ਦੀਆਂ, ਜੋ ਕੁੱਕ ਹੈ ਉਹਨੂੰ ਵੀ ਕਹਿਣਾ ਪੈਂਦਾ ਵੀ ਭਰਾਓ ਜੀ ਵੈਸ਼ਨੂੰ ਹੈ ਜਿਹੜਾ ਉਹ ਆਰਡਰ ਰੱਖਿਆ ਜਾਵੇ, ਜੋ ਕਿ ਖਾਣ ਪੀਣ ਵਾਲਾ ਬੰਦਾ ਉਹਦੇ ਲਈ ਆਰਡਰ ਪ੍ਰਬੰਧ ਕੀਤਾ ਜਾਵੇ। ਭਾਂਡੇ ਡਿੰਡਿਆਂ ਤੋਂ ਲੈ ਕੇ ਸਾਰਾ ਤੱਕ ਅਸੀਂ ਤਾਂ ਜਿਹੜੇ ਸਰਵਿਸ ਕਰਦੇ ਉਹਨਾਂ ਨੂੰ ਵੀ ਕਹਿੰਦੇ ਹਾਂ, ਅਤੇ ਜਿਹੜੇ ਸਾਡੇ ਕੁੱਕ ਤਿਆਰ ਕਰਦੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ, ਅਤੇ ਬਾਕੀ ਜਦੋਂ ਕਾਊਂਟਰ 'ਤੇ ਅਸੀਂ ਸਪਲਾਈ ਦਿੰਦੇ ਹਾਂ ਉਦੋਂ ਵੀ ਖਾਸ ਕਰਕੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਵੀਰ ਜੀ ਜਦੋਂ ਵੀ ਕਿਸੇ ਬੰਦੇ ਨੇ ਵਿਆਹ ਕਰਨਾ ਹੈ ਲੜਕੇ ਦਾ ਜਾਂ ਲੜਕੀ ਦਾ, NRI ਬਾਹਰੋਂ ਫੋਨ ਕਰ ਦਿੰਦੇ ਆ ਅਤੇ ਤੁਸੀਂ ਆਪਦੇ ਆਪ ਹੀ ਭੁਗਤਾ ਦਿੰਦੇ ਹੋ, ਨਾ ਤਾਂ ਉਹਨਾਂ ਨੂੰ ਕੋਈ ਗੱਲ ਆ, ਉਹਦਾ ਜੇਬਾਂ 'ਚ ਹੱਥ ਪਾ ਕੇ ਆਉਂਦੇ ਆ ਅਤੇ ਜੇਬਾਂ 'ਚ ਹੱਥ ਪਾ ਕੇ ਚਲੇ ਜਾਂਦੇ, ਸਾਰਾ ਵਿਆਹ ਆਪਣੇ ਆਪ ਹੀ ਤੁਸੀਂ ਇੱਕ ਇੱਕ ਚੀਜ਼ ਅਰੇਂਜ ਕਰ ਦਿੰਦੇ ਹੋ, ਉਹਦੇ ਬਾਰੇ ਸਾਨੂੰ ਦੱਸੋ ਕਿਵੇਂ ਤੁਸੀਂ ਇਹ ਜਿਹੜੀ ਪੋਜ਼ਿਟਿਵਿਟੀ ਆਪਣੇ ਮਨ 'ਚ ਬਿਠਾਉਂਦੇ ਹੋ ਔਰ ਕਿਵੇਂ ਲੋਕਾਂ ਦੇ ਦਿਲਾਂ 'ਚ ਇਹ ਰਾਸ ਕਰਦੇ। ਦੇਖੋ ਜੀ ਮੈਂ ਚਾਹੁੰਦਾ ਵੀ ਜਦੋਂ ਇੱਕ ਵਾਰੀ ਕੋਈ ਕਸਟਮਰ ਆਉਂਦਾ ਆਪਣੇ ਕੋਲ, ਠੀਕ ਹੈ ਜੀ, ਉਹਦਾ ਜਿਹੜਾ ਟਾਈਮ ਲੈਂਦੇ ਹਾਂ ਅਸੀਂ, ਠੀਕ ਹੈ, ਉਹਨੂੰ ਇੱਕ ਵਾਰੀ ਸਮਝਾਉਣਾ ਪੈਂਦਾ, ਬਾਅਦ ਦੇ ਵਿੱਚ ਤੁਹਾਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਇਹ ਵਿਗਰਾਜ ਪੈਲਸ ਨਿਹਾਲ ਸਿੰਘ ਵਾਲੇ ਵੀ ਇਹਨਾਂ ਦੀਆਂ ਕਿਹੋ ਜਿਹੀਆਂ ਸੇਵਾਵਾਂ, ਕਿਹੋ ਜਿਹੀ ਸਰਵਿਸ ਦਿੰਦੇ ਆ, ਠੀਕ ਹੈ ਜੀ। ਇਸ ਕਰਕੇ ਉਹ ਲੋਕਾਂ ਦਾ ਵਿਸ਼ਵਾਸ ਬਣ ਜਾਂਦਾ, ਸਾਨੂੰ ਆਊਟ ਆਫ ਕੰਟਰੀ ਬੈਠੇ ਨੂੰ ਸਾਨੂੰ ਬਾਹਰੋਂ ਫੋਨ ਕਰ ਦਿੰਦੇ ਆ, ਕਿਉਂਕਿ ਗੂਗਲ 'ਤੇ ਫੇਸਬੁੱਕ 'ਤੇ ਲਿੰਕ 'ਤੇ ਸਾਰਾ ਕੁਛ ਬਣਿਆ ਵਾ, ਠੀਕ ਹੈ ਜੀ। ਬਾਕੀ ਲੋਕਾਂ ਦੀਆਂ ਸੇਵਾਵਾਂ ਦਾ ਖਾਸ ਕਰਕੇ ਧਿਆਨ ਦਿੱਤਾ ਜਾਂਦਾ, ਅਤੇ ਜੋ ਸਾਡੀ ਜ਼ਿੰਮੇਵਾਰੀ ਲਾਉਂਦੇ ਆ ਜੀ ਚੰਗੀ ਤਰ੍ਹਾਂ ਭੁਗਤਾਉਂਦੇ ਹਾਂ, ਉਹਨਾਂ ਨੂੰ ਵਿਸ਼ਵਾਸ ਆ, ਸਾਡੇ 'ਤੇ ਵਿਸ਼ਵਾਸ ਆ ਵੀ ਇਹ ਮਾੜਾ ਕੰਮ ਨਹੀਂ ਕਰਦੇ। ਇਸ ਕਰਕੇ ਅਸੀਂ ਉਹਨਾਂ ਦਾ ਉੱਥੇ ਬੈਠਾ ਦਾ ਵਿਸ਼ਵਾਸ ਬਣਾ ਕੇ ਰੱਖਦੇ ਹਾਂ, ਉਹਨੂੰ ਹੋਰ ਮਜ਼ਬੂਤ ਕਰਦੇ ਹਾਂ ਵੀ ਸਾਡੇ ਨਾਲ ਵੀ ਜਿਸੇ 500 ਬੰਦੇ ਦਾ ਇਕੱਠ ਹੋਇਆ, ਅਸੀਂ ਇਹ ਕਹਿੰਦੇ ਵੀ 500 ਬੰਦੇ ਦੇ ਵਿੱਚੋਂ 5 ਬੰਦੇ ਸੋਚ ਕੇ ਜਾਣ ਵੀ ਯਾਰ ਜਿੱਦੇ ਕੀਤਾ ਅਸੀਂ ਵੀ ਇੱਥੇ ਇਸੇ ਪੈਲਸ 'ਚ ਕਰਾਂਗੇ, ਇਹੀ ਸਾਡੇ ਲਈ ਸਾਰਾ ਕੁਛ ਹੈ। ਔਰ ਐਜ਼ ਫਾਰ ਐਜ਼ ਕੈਟਰਿੰਗ ਇਜ਼ ਕੰਸਰਨਡ, ਕੈਟਰਿੰਗ ਕਰਨ ਵੇਲੇ ਤੁਸੀਂ ਖੁਦ ਜਿਹੜੇ ਹੈਗੇ ਆਪਣਾ ਪੂਰਾ ਧਿਆਨ ਰੱਖਦੇ ਹੋ ਔਰ ਕੁਆਂਟਿਟੀ ਕੁਆਲਿਟੀ ਜਿਹੜੀ ਆ, ਚਾਹੇ ਬੰਦੇ ਕਈ ਵਾਰੀ 50-100 ਵੱਧ ਵੀ ਜਾਣ ਤਾਂ ਵੀ ਤੁਹਾਡੇ ਪੈਲਸ ਦੇ ਵਿੱਚ ਇੰਨੀ ਬਰਕਤ ਹੈ ਵੀ ਉਹ ਚੀਜ਼ਾਂ ਜਿਹੜੀਆਂ ਪੂਰੀਆਂ ਹੋ ਜਾਂਦੀਆਂ, ਉਹਦੇ ਬਾਰੇ ਦੱਸੋ ਕਿਵੇਂ? ਦੇਖੋ ਜੀ ਇਹਦੇ 'ਚ ਤਾਂ ਰੱਖਣਾ ਪੈਂਦਾ ਜੀ, ਕਦੋਂ ਜੇ ਹੁਣ ਅਗਲਾ ਕੋਈ 400 ਦਾ ਜਾਂ 500 ਦਾ ਇਕੱਠ ਕਰਦਾ ਸਾਨੂੰ ਪੈਂਦਾ, ਅਤੇ ਅਸੀਂ  100-150 ਬੰਦੇ ਦਾ ਜ਼ਿਆਦਾ ਸਾਨੂੰ ਰੱਖਣਾ ਪੈਂਦਾ ਪ੍ਰਬੰਧ ਉਹਦੇ ਲਈ, ਠੀਕ ਹੈ ਜੀ। ਅਤੇ ਉਹਦੇ 'ਚ ਐਂ ਹੁੰਦਾ ਵੀ ਸਾਡੇ ਲਈ ਕੋਈ ਉਹ ਬਾਹਲੀ ਵੱਡੀ ਨਹੀਂ ਗੱਲ ਹੁੰਦੀ ਜੇ ਪ੍ਰਬੰਧ ਕਰਨਾ, ਜੇ 100 ਬੰਦੇ ਦਾ ਕਰਨਾ, 200 ਦਾ ਜਾਂ ਕਰਨਾ, ਹੈ ਨਾ, ਸਾਡੇ ਲਈ ਈਜੀ ਆ ਉਹ ਚੀਜ਼ਾਂ। ਪਰ ਉਹਦੇ ਲਈ ਅਸੀਂ ਕਹਿੰਦੇ ਵੀ ਕਿਸੇ ਕਸਟਮਰ ਦੀ ਜਾਂ ਜਿਹਨੇ ਸਾਡੇ ਨਾਲ ਡੀਲ ਕੀਤੀ ਆ, ਕੈਟਰਿੰਗ ਕੀਤੀ ਆ, ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਬੇਇੱਜ਼ਤੀ ਨਾ ਹੋਵੇ, ਵਧੀਆ ਫੰਕਸ਼ਨ ਭੁਗਤਿਆ ਗਿਆ। ਔਰ ਉਹਦੇ ਨਾਲ ਨਾਲ ਕੁੱਕ ਤੁਹਾਡੇ ਕੋਲ ਬਹੁਤ ਵਧੀਆ ਨੇ ਜਿਹੜੇ ਸੇਵਾ ਵਾਲੀ ਭਾਵਨਾ ਰੱਖਦੇ ਨੇ ਔਰ ਉਹਨਾਂ ਨੂੰ ਹਮੇਸ਼ਾ ਤੁਸੀਂ ਗਾਈਡ ਕਰਦੇ ਰਹਿੰਦੇ ਹੋ, ਸਮੇਂ ਸਮੇਂ ਸਿਰ ਕੌਂਸਲਿੰਗ ਕਰਦੇ ਰਹਿੰਦੇ ਹੋ, ਔਰ ਜਿੱਥੋਂ ਤੱਕ ਵੇਟਰਸ ਦਾ ਸਵਾਲ ਹੈ ਉਹਨਾਂ ਨੂੰ ਵੀ ਤੁਸੀਂ ਹਰ ਹਮੇਸ਼ਾ ਕੌਂਸਲਿੰਗ ਕਰਦੇ ਹੋ ਕਿ ਮੈਰਿਜ ਦੇ ਵਿੱਚ ਤੁਹਾਡਾ ਫੇਸ ਇੰਪਰੈਸ਼ਨ ਇੱਦਾਂ ਦਾ ਚਾਹੀਦਾ ਔਰ ਬੜਾ ਲਾਈਟਲੀ ਹੋ ਕੇ ਤੁਸੀਂ ਹਰੇਕ ਬੰਦੇ ਨਾਲ ਚੱਲਣਾ, ਜਿਹਦੇ ਨਾਲ ਖੁਸ਼ਬੂਆਂ ਜਿਹੜੀਆਂ ਉਹ ਐਸੀਆਂ ਹਨ ਵੀ ਲੋਕ ਵਾਰ ਵਾਰ ਵਿਕਰਾ ਚਾਹੁਣ। ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਰਿਚੀ ਜੀ, ਕਿਉਂਕਿ ਜਿਹੜੇ ਵੀ ਅਸੀਂ ਸਾਡਾ ਕੁੱਕ ਹੈ ਜਾਂ ਇੱਥੇ ਸਾਡੇ ਸਰਵਿਸ ਕਰਨ ਵਾਲੇ ਬੰਦੇ ਆ, ਮੈਂ ਉਹਨਾਂ ਨਾਲ ਐਵਰੀਡੇ ਵਾਂਗੂ ਹੀ ਜਿਵੇਂ ਮੋਰਨਿੰਗ ਟਾਈਮ ਫੰਕਸ਼ਨ ਸਟਾਰਟ ਹੋਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਟੇਬਲ ਮੀਟਿੰਗ ਕਰਦਾ ਵੀ ਉਹਨਾਂ ਦੀਆਂ ਡਿਊਟੀਆਂ ਲਾਉਣਾ ਕੀ ਕਰਨਾ ਕੀ ਨਹੀਂ, ਠੀਕ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਸਾਰਾ ਕੁਛ ਦੱਸਣਾ ਪੈਂਦਾ।
ਪਾਣੀ ਤੋਂ ਲੈ ਕੇ ਏ ਟੂ ਜੈਡ ਕਾਰ ਪਾਰਕਿੰਗ ਸਾਡੀ ਇਸ ਸਾਈਡ ਹੈ ਅਤੇ ਬਾਕੀ ਲੋਕ ਸਾਨੂੰ ਬਹੁਤ ਸਤਿਕਾਰ ਕਰਦੇ ਆ, ਬਹੁਤ ਪਿਆਰ ਕਰਦੇ ਆ, ਅਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਜਿਸ ਤਰੀਕੇ ਨਾਲ ਨਿਹਾਲ ਸਿੰਘ ਵਾਲੇ ਦਾ ਇਲਾਕਾ ਖਾਸ ਕਰਕੇ ਸਾਰੇ ਪਿੰਡ, ਔਰ ਤੁਸੀਂ ਖੁਦ ਮਾਣੂ ਕੇ ਉਸ ਪਵਿੱਤਰ ਧਰਤੀ ਦੇ ਨਾਲ ਜੁੜੇ ਹੋ ਜਿੱਥੇ ਕੱਕੜੀ ਦਾ ਹਰ ਸਾਲ ਮੇਲਾ ਲੱਗਦਾ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਉਹਦੇ 'ਚ ਦੇਖਣਾ ਪੈਂਦਾ ਵੀ ਜੇ ਆਪਾਂ ਕੰਮ ਚੰਗਾ ਕਰਾਂਗੇ ਤਾਂ ਨੈਕਸਟ ਟਾਈਮ ਅਗਲਾ ਫੇਰ ਹੀ ਆਉਂਦਾ, ਠੀਕ ਹੈ ਜੀ, ਸਾਰਾ ਕੁਝ ਦੇਖਣਾ ਪੈਂਦਾ। ਅਤੇ ਇਸ ਕਰਕੇ ਜੋ ਏਰੀਏ ਦੇ ਪਿੰਡ ਜੁੜੇ ਹੋਏ ਆ ਸਾਡੇ ਨਾਲ, ਹੈ ਨਾ ਜੀ, ਜਿਵੇਂ ਹੁਣ ਫਰਜ਼ ਕਰੋ ਬਹੁਤ ਦੂਰੋਂ ਦੂਰੋਂ ਫੰਕਸ਼ਨ ਆ ਜਾਂਦੇ ਆ, ਉਹ ਜੇ ਦੇਖਦੇ ਆ ਉਹ ਸਾਡੇ ਨਾਲ ਪਿਆਰ ਲਾ ਲਓ ਜਾਂ ਸਰਵਿਸ ਲਾ ਲਓ ਜਾਂ ਕੰਮ ਦੇਖ ਕੇ ਸਾਡੇ ਕੋਲ ਗਾਹਕ ਆਉਂਦੇ ਆ, ਅਤੇ ਅਸੀਂ ਉਸ ਵਿਸ਼ਵਾਸ ਨੂੰ ਅੱਗੇ ਤੋਰਦਾ, ਸਾਨੂੰ ਵੀ ਹੌਸਲਾ ਹੁੰਦਾ ਯਾਰ ਵੀ ਇਹ ਕਿੰਨੀ ਦੂਰੋਂ ਸਾਡੇ ਕੋਲ ਸਾਡੇ ਪੈਲਸ ਦੇ ਵਿੱਚ ਫੰਕਸ਼ਨ ਕਰਨ ਆਇਆ, ਅਤੇ ਇਸ ਕਰਕੇ ਅਸੀਂ ਸਾਨੂੰ ਵੀ ਚਾਅ ਚੜ੍ਹਦਾ ਅਸੀਂ ਵੀ ਪੂਰੇ ਤਨਦੇਹੀ ਨਾਲ ਉਹਨਾਂ ਦਾ ਫੰਕਸ਼ਨ ਵਧੀਆ ਕਰਕੇ ਪ੍ਰਗਟਾਉਣੇ। ਦੇਖੋ ਜੀ, ਜਦੋਂ ਕਿਸੇ ਦਿਨ ਜੋ ਕੋਈ ਸਾਡੇ ਵੱਡੇ ਵਡੇਰੇ ਜਦੋਂ ਕਿਸੇ ਜਿਹੇ ਕੰਮਾਂ ਤੋਂ ਦੂਰ ਰਹਿਣ, ਜਿਵੇਂ ਹੁਣ ਇੱਥੇ ਜੋਬ ਕਰਦੇ ਪੈਲਸ ਦੇ ਆਉਂਦਾ ਸਰਦਾਰ ਚੰਦ ਸਿੰਘ ਜੀ, ਉਹਨਾਂ ਦੇ ਇੱਕੋ ਹੀ ਬੇਟਾ ਸੀ ਸਵਰਗੀ ਸਰਦਾਰ ਰਜਮੇਰ ਸਿੰਘ ਜੀ ਧਾਲੀਵਾਲ ਯੂ ਕੇ, ਉਹਨਾਂ ਦੇ ਬੇਟੇ ਆ ਸਰਦਾਰ ਵਿਕਰਮ ਸਿੰਘ ਅਤੇ ਬਲਰਾਜ ਸਿੰਘ ਜੀ ਧਾਲੀਵਾਲ ਯੂ ਕੇ, ਜੋ ਇਸ ਵਕਤ ਇੰਗਲੈਂਡ ਦੇ ਵਿੱਚ ਵਧੀਆ ਕਾਰੋਬਾਰ ਆ, ਉਹਨਾਂ ਦੀਆਂ ਪੋਲ ਵੇਖਰੀਆਂ ਦਾ ਉੱਥੇ ਕਾਰੋਬਾਰ ਆ, ਉਹ ਮਤਲਬ ਕੰਮ ਆ, ਉਹ ਵੀ ਮੈਨੂੰ ਨਾਲ ਦੀ ਨਾਲ ਅਸੀਂ ਹਰ ਰੋਜ਼ ਡੀਲ ਕਰਦੇ ਹਾਂ, ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਵੀ ਆਪਾਂ ਨੂੰ ਅੱਗੇ ਕੀ ਕਰਨਾ ਚਾਹੀਦਾ, ਪੈਲਸ ਨੂੰ ਅਸੀਂ ਕਿੱਦਾਂ ਅਪ ਕਰੀਏ। ਅਤੇ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ, ਜੋ ਵੀ ਇਹ ਕੋਈ ਵੀ ਫੂਡ ਹੈ ਵੀ ਤੁਸੀਂ ਚੰਗਾ ਕੁੱਕ ਲਿਆਓ, ਜੇ ਕਿਸੇ ਨੇ ਆਪਦਾ ਵੀ ਲੈ ਕੇ ਆਉਣਾ, ਮੇਰਾ ਇਹੀ ਹੈ ਵੀ ਚੰਗਾ ਕੁੱਕ ਲਿਆ ਕੇ ਚੰਗਾ ਫੂਡ ਤਿਆਰ ਕਰਕੇ ਤਾਂ ਦਿੱਤਾ ਜਾਵੇ, ਕਿਉਂਕਿ ਪਬਲਿਕ ਏਰੀਆ, ਪਬਲਿਕ ਏਰੀਏ ਦੇ ਵਿੱਚ ਬੱਚਿਆਂ ਨੇ ਵੀ ਆਉਣਾ, ਸਾਰਿਆਂ ਨੇ ਆਉਣਾ, ਅਸੀਂ ਕਿਸੇ ਤਰ੍ਹਾਂ ਦਾ ਮਾੜਾ ਕੰਮ ਨਹੀਂ ਕਰ ਸਕਦੇ, ਠੀਕ ਹੈ, ਉਹਦੇ ਤਰ੍ਹਾਂ ਚੰਗੀ ਤਰ੍ਹਾਂ ਹੈਲਥ ਐਂਡ ਸੇਫਟੀ ਤੋਂ ਲੈ ਕੇ ਸਾਰੇ ਤਰ੍ਹਾਂ ਦੀਆਂ ਚੰਗੀ ਤਰ੍ਹਾਂ ਉਹਦਾ ਧਿਆਨ ਰੱਖਣਾ ਚਾਹੀਦਾ, ਚੰਗਾ ਸੁਆਵਾਂ ਦੇਣਾ ਚਾਹੀਦੀਆਂ, ਚੰਗਾ ਖਾਣਾ ਦੇਣਾ ਚਾਹੀਦਾ, ਕਿਉਂਕਿ ਜੇ ਚੰਗਾ ਖਾਣਾ ਤਾਂ ਆਪਣੀ ਸਿਹਤ ਵੀ ਚੰਗੀ ਤਾਂ ਹੀ ਰਹਿ ਸਕਦੀ ਹੈ। ਬਹੁਤ ਬਹੁਤ ਧੰਨਵਾਦ।